अस्सलाम वालेकुम जी। कल मैं राती घर आ गया इस ते आज हूँ सुबह सुबह का टाइम है ते जा रहा मैं अपने दफ्तर तो वो दिखाना भी किस तरह उत्थे काम शाम होंदा है ते चलो फिर चलिए। आज का मौसम बड़ा जबरदस्त बने बदल बदल पड़े हुए ने लेकिन धूप भी है अच्छी खासी और बड़ा अच्छा मौसम है। एक दो दिन तो इतने बारिश हो गई पिछले त्रै चार दिन पहले बारिश हो गई तो यह सारा पानी खलोता है। पिछली साइड आ गई जी साढ़े एरिए पत्थर बहुत मशहूर है ये पैरों की बुनियाद वास्ते यूज इस्तेमाल होता है। ये जो पत्थर पे है पत्थर की दीवार है जी पहाड़ी है।
ਇਹ ਜਿਹੜਾ ਸਾਹਮਣੇ ਪਹਾੜ ਨਜ਼ਰ ਆ ਰਹੇ ਨੇ ਇਹ ਹੁਣ ਇੱਥੇ ਮਿਲ ਰਹੇ ਨੇ, ਇਹ ਵਾਲੇ ਪਹਾੜ ਅਤੇ ਉਹ ਵਾਲੇ ਪਹਾੜ ਇੱਥੇ ਆ ਕੇ ਮਿਲਦੇ ਨੇ ਆਪਸ ਵਿੱਚ। ਇਹ ਸਾਰਾ ਅਤੇ ਇਹ ਪੌਦਾ ਜਿਹੜਾ ਪਹਾੜੀ ਏਰੀਏ ਬੜਾ ਫੇਮਸ ਹੁੰਦਾ ਹੈ, ਅਤੇ ਇਹ ਪੱਥਰ ਜਿਹੜਾ ਇਹ ਇੱਥੇ ਸਮਾਨ ਹੁੰਦਾ ਹੈ ਐਰਿਆਂ ਵਾਸਤੇ ਜਾਂ ਬੁਨਿਆਦ ਵਾਸਤੇ ਘਰ ਦੀ। ਇਹ ਜੀ ਹੁਣ ਅਸੀਂ ਵਾਪਸ ਚੱਲੇ ਆਪਣੇ ਗਾਓਂ, ਅਤੇ ਮੈਂ ਕਿਹਾ ਚਲੋ ਤੁਹਾਨੂੰ ਵਾਪਸੀ ਦਾ ਵੀ ਉਹ ਵੀ ਖਾ ਲਈਏ। ਜੀ ਭੇਡਾਂ ਬੱਕਰੀਆਂ ਪਹਾੜੀ ਲੜਕੇ ਆ ਕੇ ਖੇਡਦੇ ਨੇ ਕ੍ਰਿਕਟ ਵਗੈਰਾ, ਅਤੇ ਉਹ ਜਿਹੜੇ ਪਹਾੜ ਨੇ ਨਾ ਉਹ ਉੱਥੇ ਮਿਲ ਰਹੇ ਨੇ ਜਾ ਕੇ, ਜਿੱਥੇ ਤੁਹਾਨੂੰ ਉਹ ਵਿਖਾਇਆ ਸੀ ਕਿ ਇੱਥੇ ਆ ਕੇ ਦੋਵੇਂ ਪਹਾੜ ਹੀ ਮਿਲ ਰਹੀਆਂ ਨੇ ਆਪਸ ਵਿੱਚ। ਅਤੇ ਇਹ ਸਾਰਾ ਨਜ਼ਾਰਾ ਹੈ ਜੀ, ਇਹ ਜੀ ਸਾਰਾ ਪਹਾੜ ਹੈ, ਅਤੇ ਉਹ ਜਿਹੜਾ ਪਹਾੜ ਹੈ ਉਹ ਉੱਥੇ ਇਸ ਦੇ ਨਾਲ ਮਿਲ ਰਿਹਾ ਜਿਹੜਾ ਇਹ ਪਹਾੜ ਹੈ, ਅਤੇ ਇਹ ਸਾਰਾ ਵਿਊ ਹੈ ਜੀ। ਇਹ ਦੇਖੋ ਜੀ ਇਹ ਹੁਣ ਕਲੀਅਰ ਵਿਊ ਹੈ, ਇਹ ਆ ਗਿਆ ਟੈਲੀਫੋਨ ਐਕਸਚੇਂਜ। ਆਪਣੀ ਟਿਕਟਾਂ ਵਗੈਰਾ ਬਣਾ ਰਹੇ ਸੀ, ਅਤੇ ਇਹ ਕੰਟੋ ਬੀਜੀ ਹੋਈ ਹੈ ਲੋਕਾਂ ਨੇ। ਹੋਰ ਸਾਹਮਣੇ ਮੇਨ ਰੋਡ ਆ ਗਏ, ਇੱਥੇ ਹੋਸਪਿਟਲ ਵੀ ਹੈ ਅਤੇ ਪੁਲਿਸ ਦੀ ਚੈੱਕ ਪੋਸਟ ਵੀ ਹੈ ਮੁਨਾਰਾ ਦੀ। ਲੱਗੀ ਹੋਈ ਹੈ ਜਿਹੜੇ ਵਾਟਾ ਪੱਥਰ ਇੱਥੋਂ ਨਿਕਲ ਕੱਢਦੇ ਨੇ ਉੱਥੇ ਫਿਰ ਉਹ ਕ੍ਰੈਸ਼ ਹੁੰਦੀ ਹੈ, ਅਤੇ ਫਿਰ ਜਿੱਥੇ ਇਸਤੇਮਾਲ ਹੋਣੀ ਹੈ ਉਹ ਫਿਰ ਲੈ ਜਾਂਦੇ ਨੇ। ਇਹ ਮੇਨ ਰੋਡ ਆ ਗਿਆ ਜੀ, ਪਹਿਲੇ ਇੰਨੀ ਫੈਕਟਰੀ ਲੱਗੀ ਹੈ ਛੋਟੀ ਜੀ, ਯੂਨੀਅਨ ਕੌਂਸਲ ਹੈ ਅਤੇ ਆਪਣੀ ਅਮੀਰ ਹੋਈ ਹੈ। ਬਸ ਆਪਣੇ ਗਾਓਂ ਆ ਗਏ ਹਾਂ ਅਤੇ ਹੁਣ ਘਰ ਜਾਂਦੇ ਹਾਂ, ਕੁਛ ਚਾਹੀ ਸ਼ਾਹੀ ਪੀਂਦੇ ਹਾਂ। ਥੱਲੇ ਆ ਗਈਆਂ
Oh, my God.